ਕਹਿੰਦਾ ਬਦਲ ਗਿਆ ਏ ਤੂੰ, ਜਿੱਦਾਂ ਪਹਿਲਾਂ ਮਿਲਦਾ ਸੀ ਹੁਣ ਉਵੇਂ ਨਹੀਂ ਮਿਲਦਾ। ਮੈਂ ਕਿਹਾ ਪ੍ਰਧਾਨ ਜਿਵੇਂ ਸਾਹਮਣੇ ਵਾਲਾ ਮਿਲੂ ਆਪਾਂ ਵੀ ਤਾਂ ਉਵੇਂ ਮਿਲਾਂਗੇ। ਕਹਿੰਦਾ ਇਹ ਗੱਲ ਕਿਉਂ? ਮੈਂ ਕਿਹਾ ਲੈ ਸੁਣ ਫਿਰ, ਸੋਚਿਆ ਸੀ ਕਿ ਸਭ ਨਾਲ ਹੱਸ ਕੇ ਰਹਿ ਲਈਏ, ਚੁੱਪ ਰਹਿਣਾ ਕਮਜ਼ੋਰੀ, ਬਹੁਤਾ ਬੋਲੀਏ ਕਮਲਾਂ ਸਮਝ ਜਾਂਦੇ। ਪਹਿਲਾਂ ਲੱਗਿਆ ਸੀ ਕਿ ਬਹੁਤੇ ਯਾਰ ਨੇ ਮੇਰੇ, ਉਹਨਾਂ ਬਹੁਤਿਆਂ ਵਿੱਚੋਂ ਥੋੜੇ ਹੀ ਸੀ ਜਾਣ ਜੋ ਤੁਹਾਡੀ ਰਮਜ ਜਾਂਦੇ। ਜੇ ਕੰਢਿਆਂ ਵਾਂਗੂ ਚੁੱਭਣਾ ਚਾਹੁੰਦਾ ਸਿਰ ਮੱਥੇ, ਜੇ ਕੰਢਿਆਂ ਵਾਂਗੂ ਚੁੱਭਣਾ ਚਾਹੁੰਦਾ ਸਿਰ ਮੱਥੇ, ਤੂੰ ਮੁਹੱਬਤ ਕਰਕੇ ਵੇਖੀ ਅਸੀਂ ਫੁੱਲ ਦੇ ਵਾਂਗ ਖਿੜਾਂਗੇ। ਬਹੁਤ ਦੇਖ ਲਿਆ ਆਪਣਾ ਸਮਝ ਕੇ ਸਾਰਿਆਂ ਨੂੰ, ਹੁਣ ਜਿੱਦਾਂ ਕੋਈ ਮਿਲੂ ਆਪਾਂ ਵੀ ਉਦਾਂ ਹੀ ਮਿਲਾਂਗੇ, ਹੁਣ ਜਿੱਦਾਂ ਕੋਈ ਮਿਲੂ ਪ੍ਰਧਾਨ ਆਪਾਂ ਵੀ ਉਦਾਂ ਹੀ ਮਿਲਾਂਗੇ। ਕਹਿੰਦਾ ਅੱਛਾ, ਕੋਈ ਵਜ੍ਹਾ ਤਾਂ ਹੋਊਗੀ ਇਹ ਐਟੀਟਿਊਡ ਆਉਣ ਦੀ? ਮੈਂ ਕਿਹਾ ਹਾਂ ਬਿਲਕੁਲ, ਐਟੀਟਿਊਡ ਸੱਟਾਂ ਨਾਲ ਹੀ ਤਾਂ ਆਉਂਦਾ। ਸੁਣ ਫਿਰ, ਖੇ ਮੋਜਿਆ ਕਰਕੇ ਦੇਖਿਆ ਸੀ ਇਸ ਦੁਨੀਆਂ ਦਾ, ਜੋ ਠੱਗਦੇ ਇਹਨੂੰ ਉਹੀ ਚੰਗੇ ਲੱਗਦੇ ਨੇ। ਤੂੰ ਵਜ੍ਹਾ ਹਾਸੇ ਦੀ ਬਣਦਾ ਤੈਥੋਂ ਦੂਰ ਹੋਵਣ, ਜੋ ਕਦਰਾਂ ਨੀ ਕਰਦੇ ਉੱਧਰ ਨੂੰ ਭੱਜਦੇ ਨੇ, ਜੋ ਕਦਰਾਂ ਨੀ ਕਰਦੇ ਉੱਧਰ ਨੂੰ ਭੱਜਦੇ ਨੇ। ਵੀ ਕਿਸਿਆਂ ਇਹੀ ਦੇਖਿਆ ਏ ਅਜਮਾ ਕੇ ਮੈਂ, ਓਏ ਫਿਕਰ ਕਰੀ ਹਰ ਗੱਲ ਨੂੰ ਦਿਲ ਤੇ ਲਾ ਕੇ ਮੈਂ, ਹੋ ਬੋਲ ਕੇ ਆਪਣੇ ਬੋਲ ਰਾਹਾਂ ਤੇ ਤੁਰ ਜਾਂਦੇ, ਐਵੇਂ ਬਹਿ ਜਾਂਦਾ ਸੀ ਦਿਲ ਤੜਵਾ ਕੇ ਮੈਂ, ਹੋਏ ਐਵੇਂ ਬਹਿ ਜਾਂਦਾ ਸੀ ਦਿਲ ਤੜਵਾ ਕੇ ਮੈਂ। ਛੱਲ ਕੱਲਾ ਹਾਂ ਤੇ ਖੁਸ਼ ਹਾਂ ਇੰਨਾ ਜਾਣਦਾ ਆ, ਕੱਲਾ ਹਾਂ ਤੇ ਖੁਸ਼ ਹਾਂ ਇੰਨਾ ਜਾਣਦਾ ਆ, ਹੇ ਕਦਰੇ ਜੇ ਲੋਕਾਂ ਲਈ ਨਾ ਅੱਜ ਤੋਂ ਬਾਅਦ ਮਰਾਂਗੇ। ਬਸ ਇਸੇ ਲਈ ਮਨ ਜਾ ਬਦਲ ਗਿਆ ਕਿ ਬਹੁਤ ਵੇਖ ਲਿਆ ਆਪਣਾ ਸਮਝ ਕੇ ਸਾਰਿਆਂ ਨੂੰ, ਅਜੇ ਜਿੱਦਾਂ ਕੋਈ ਮਿਲੂ ਹੁਣ ਉਦਾਂ ਹੀ ਮਿਲਾਂਗੇ। ਪ੍ਰਧਾਨ ਜਿੱਦਾਂ ਕੋਈ ਮਿਲੂ ਹੁਣ ਉਦਾਂ ਹੀ ਮਿਲਾਂਗੇ। ਮੈਂ ਕਿਹਾ ਪ੍ਰਧਾਨ ਸਰਦਾ ਤਾਂ ਇੱਥੇ ਸਭ ਦਾ ਹੀ ਆ, ਬਾਕੀ ਜਿਹੜਾ ਤੈਨੂੰ ਜਾਣਦਾ ਉਹ ਹਮੇਸ਼ਾ ਤੇਰੇ ਨਾਲ ਹੀ ਆ। ਕਹਿੰਦਾ ਕਿਵੇਂ? ਮੈਂ ਕਿਹਾ ਸੁਣ, ਖੇ ਜੇ ਲੋੜ ਪਈ ਤਾਂ ਬੁਲਾ ਲਵੀ, ਨਹੀਂ ਤਾਂ ਤੇਰਾ ਵੀ ਸਰਦਾ ਤੇ ਮੇਰਾ ਵੀ ਸਰਦਾ। ਇਹ ਗੱਲ ਇਸੇ ਲਈ ਆਖੀ ਆ ਛੋਟੇ, ਕਿਉਂਕਿ ਬੰਦਾ ਲੋੜ ਵੇਲੇ ਇੱਕ ਦੂਜੇ ਨੂੰ ਯਾਦ ਕਰਦਾ। ਇਹ ਗੱਲ ਇਸੇ ਲਈ ਆਖੀ ਆ ਕਿਉਂਕਿ ਬੰਦਾ ਲੋੜ ਵੇਲੇ ਇੱਕ ਦੂਜੇ ਨੂੰ ਯਾਦ ਕਰਦਾ। ਜੇ ਕੋਈ ਸ਼ਿਕਵਾ ਹੋਇਆ ਕਿ ਸਿੱਧੀ ਮੂੰਹ ਤੇ ਗੱਲ ਕਰੀ, ਲੜਨਾ ਤਾਂ ਭਾਈ ਤੇਰੀ ਮਰਜ਼ੀ ਆ, ਪਰ ਕੋਸ਼ਿਸ਼ ਕਰੀ ਕਿ ਪਿਆਰ ਨਾਲ ਮਸਲਾ ਹੱਲ ਕਰੀ, ਕੋਸ਼ਿਸ਼ ਕਰੀ ਪਿਆਰ ਨਾਲ ਮਸਲਾ ਹੱਲ ਕਰੀ। ਸੱਜਣਾ ਉਹ ਜਾਣਦੇ ਨੇ, ਮੈਂ ਕਿਹਾ ਸੱਜਣਾ ਉਹ ਜਾਣਦੇ ਨੇ ਅਸੀਂ ਜਿੰਨਾ ਪਿੱਛੇ ਖੜਾਂਗੇ। ਹੋਏ ਬਹੁਤ ਵੇਖ ਲਿਆ ਆਪਣਾ ਸਮਝ ਕੇ ਸਾਰਿਆਂ ਨੂੰ, ਹੁਣ ਜਿੱਦਾਂ ਕੋਈ ਮਿਲੂ ਪ੍ਰਧਾਨ ਆਪਾਂ ਵੀ ਉਦਾਂ ਹੀ ਮਿਲਾਂਗੇ, ਕਿ ਜਿੱਦਾਂ ਕੋਈ ਮਿਲੂ ਛੋਟੇ ਹੁਣ ਆਪਾਂ ਵੀ ਉਦਾਂ ਹੀ ਮਿਲਾਂਗੇ। ਅੱਛਾ, ਜੇ ਤੂੰ ਲੋਕਾਂ ਨੂੰ ਚੰਗਾ ਲੱਗਣੋਂ ਹਟ ਗਿਆ? ਉਹ ਮੈਂ ਕਿਹਾ ਛੱਡ ਯਾਰਾ, ਖੇ ਪਤਾ ਮੈਨੂੰ ਹੁਣ ਚੰਗਾ ਲੱਗਣੋਂ ਹਟ ਜੂੰਗਾ? ਉਹ ਇੰਨਾ ਚਿਰ ਚੰਗਾ ਲੱਗ ਕੇ ਦੱਸ ਮੈਂ ਕੀ ਖੱਟਿਆ, ਅੱਜ ਤੱਕ ਸਭ ਦੀ ਸੁਣੀ ਤੇ ਯਾਰਾ ਚੁੱਪ ਰਿਹਾ, ਅੱਜ ਆਪਣੀ ਦਿੱਤੀ ਸੁਣਾ ਥਾ ਚੰਗਾ ਨੀ ਲੱਗਿਆ, ਜੇ ਅੱਜ ਆਪਣੀ ਦਿੱਤੀ ਸੁਣਾ ਥਾ ਚੰਗਾ ਨੀ ਲੱਗਿਆ। ਏਦਾਂ ਹੀ ਹੁਣ ਚੱਲਣਾ ਕੋਈ ਖਫਾ ਹੋਵੇ, ਉਹ ਜੀ ਸਦ ਕੇ ਕੋਈ ਆਵੇ ਭਾਵੇਂ ਦਫਾ ਹੋਵੇ, ਜੀ ਸਦ ਕੇ ਕੋਈ ਆਵੇ ਭਾਵੇਂ ਦਫਾ ਹੋਵੇ, ਰੁੱਸਿਆਂ ਨੂੰ ਮਨਾਉਂਦੇ ਹੁਣ ਤਾਂ ਅੱਕ ਗਿਆ, ਉਹ ਦੂਜਿਆਂ ਦੇ ਲਈ ਚਾਹੁੰਦੇ ਯਾਰਾ ਅੱਕ ਗਿਆ, ਹੁਣ ਦੂਜਿਆਂ ਦੇ ਲਈ ਚਾਹੁੰਦੇ ਯਾਰਾ ਹੱਕ ਗਿਆ। ਪਰ ਇੱਕ ਗੱਲ ਤੇ ਧਿਆਨ ਦੇਈਂ ਕਿ ਉਹਦਾ ਹੱਥ ਨਹੀਂ ਛੱਡਦੇ ਛੋਟੇ, ਉਹਦਾ ਹੱਥ ਨਹੀਂ ਛੱਡਦੇ ਛੋਟੇ, ਜਿਹਦਾ ਹੱਥ ਫੜਾਂਗੇ। ਕਿ ਚੱਲ ਬਹੁਤ ਦੇਖ ਲਿਆ ਆਪਣਾ ਸਮਝ ਕੇ ਸਾਰਿਆਂ ਨੂੰ, ਹੁਣ ਜਿੱਦਾਂ ਕੋਈ ਮਿਲੂ ਆਪਾਂ ਵੀ ਉਦਾਂ ਹੀ ਮਿਲਾਂਗੇ। ਖੇ ਉਸਤਾਦ, ਹੁਣ ਜਿੱਦਾਂ ਕੋਈ ਮਿਲੂ ਆਪਾਂ ਵੀ ਉਦਾਂ ਹੀ ਮਿਲਾਂਗੇ। ਖੇ ਤੁਸੀਂ ਬਹੁਤ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਉਸਤਾਦ, ਕੀ ਯਾਰੀ ਕੀ ਮੁਹੱਬਤ, ਤੁਸੀਂ ਸਾਰੇ ਕਿਤੇ ਕੋਸ਼ਿਸ਼ ਕਰਦੇ ਹੋ ਕਿ ਸਭ ਕੁਝ ਠੀਕ ਚੱਲੀ ਜਾਵੇ, ਪਰ ਜਦੋਂ ਸਾਹਮਣੇ ਵਾਲਾ ਤੁਹਾਨੂੰ ਸਮਝੇ ਨਾ, ਫਿਰ ਬੰਦਾ ਅੱਕ ਹੀ ਜਾਂਦਾ ਤੇ ਅੱਕ ਕੇ ਏਦਾਂ ਹੀ ਕਹਿੰਦਾ ਕਿ ਚੱਲ ਹੁਣ ਜਿਵੇਂ ਤੂੰ ਚੱਲਦਾ ਆਪਾਂ ਵੀ ਉਵੇਂ ਚੱਲਾਂਗੇ। ਹਰੇ ਚੇਪਣਾ ਕਿਸ ਗੱਲ ਦਾ ਉਸਤਾਦ, ਆਪਾਂ ਕਿਹੜਾ ਕਿਸੇ ਤੋਂ ਕੁਛ ਲੈ ਕੇ ਖਾਂਦੇ ਹਾਂ? ਅੱਜ ਤੋਂ ਬਾਅਦ ਆਪਣੇ ਆਪ ਨੂੰ ਖੁੱਲ ਕੇ ਇਹ ਗੱਲ ਕਹਿ ਦਿਓ ਕਿ ਹੁਣ ਜਿੱਦਾਂ ਕੋਈ ਮਿਲੂਗਾ ਨਾ ਆਪਾਂ ਵੀ ਉਵੇਂ ਮਿਲਾਂਗੇ। ਤੇ ਹਾਂ, ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਨ੍ਹਾਂ ਨੂੰ ਤੁਹਾਡਾ ਬਦਲ ਜਾਣਾ ਚੰਗਾ ਨਹੀਂ ਲੱਗਦਾ। ਉਮੀਦ ਕਰਦਾ ਕਿ ਕੁਛ ਨਾ ਕੁਛ ਚੇਂਜ ਤੁਹਾਡੀ ਲਾਈਫ ਦੇ ਵਿੱਚ ਜ਼ਰੂਰ ਆਊਗਾ। ਇਹ ਵੀਡੀਓ ਦੀ ਕਿਹੜੀ ਲਾਈਨ ਤੁਹਾਨੂੰ ਸਭ ਤੋਂ ਘੈਂਟ ਲੱਗੀ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਸ਼ੇਅਰ ਕਰ ਲਿਓ ਸਾਰਿਆਂ ਦੇ ਨਾਲ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਇੰਸਟਾਗ੍ਰਾਮ ਤੇ ਕਰ ਲਿਓ ਫੋਲੋ। ਤੁਸੀਂ ਸਾਰੇ ਘੈਂਟ ਹੋ ਕੇ ਹੁਣ ਜਿੱਦਾਂ ਕੋਈ ਮਿਲੂ ਪ੍ਰਧਾਨ।